ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਾ ਬਲੌਗ ਦੇ ਵਿੱਚ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋ ਤੇ ਦਿੰਦੇ ਹਾਂ ਤੁਹਾਨੂੰ ਆਪਣੇ ਫਾਰਮ ਦਾ ਟੂਰ ਦਿਖਾਉਂਦੇ ਹਾਂ। ਫਾਰਮ ਦਿਖਾਉਂਦੇ ਆਪਣਾ ਮੁਰਗੀਆਂ ਆਪਣੀਆਂ ਫਿਰਦੀਆਂ ਸਾਰੀਆਂ ਚਾਰ 'ਚ ਅਤੇ ਕਬੂਤਰ ਤਾਂ ਬੈਠੇ ਆ ਇੱਥੇ ਟੈਂਕੀ 'ਤੇ ਇੱਕ ਦੋ ਉੱਡੇ ਫਿਰਦੇ ਸ਼ਾਇਦ ਅਤੇ ਘੋੜੀ ਆਪਣੀ ਆ ਖੜੀ ਤੇ ਇੱਥੇ ਵੀ ਆ ਸਾਰੀ ਸਾਫ਼ ਸਫਾਈ ਕਰਤੀ ਜੀ ਆਪਾਂ। ਇੱਥੇ ਪਹਿਲਾਂ ਪਿੰਜਰੇ ਇੱਧਰ ਸਾਈਡ 'ਤੇ ਲਾਤੇ ਓਏ ਨਾ ਟੈਗਰ ਟੈਗਰ ਵੀ ਹੁਣ ਦੇਖੋ ਜਦੋਂ ਆਪਾਂ ਤਿੰਨ ਕੁੱਤੀਆਂ ਜਦ ਬੰਦਾ ਆਪਣੇ ਕੋਲ ਆਇਆ ਜੀ ਆਪਾਂ ਇਹ ਤੋਂ ਤਿੰਨ ਕੁੱਤੀਆਂ ਮੇਟ ਕਰਾਤੀਆਂ। ਆਹ ਪਿੰਜਰਾ ਇੱਧਰ ਲਾਤਾ ਆਹ ਕਬੂਤਰਾਂ ਦਾ ਪਿੰਜਰਾ ਹੈ ਨਾ ਇਹ 'ਚ ਕੁੱਕੜ ਹੁੰਦੇ ਇਹ 'ਚ ਹੋ ਜਾਂਦੇ ਅਤੇ ਅੱਤ ਲਿਆ ਰਹੇ ਰੁੱਸੇ ਰੁੱਸੇ ਛਾਤਰੀਆਂ ਕੱਠ 'ਤੇ ਇੱਕ ਬੰਦਾ ਰੱਖ ਲਿਆ ਆਪਾਂ ਕੰਮ 'ਤੇ ਹੈ ਨਾ ਅਤੇ ਪਸ਼ੂ ਵੀ ਥੋੜ੍ਹੇ ਜਿਹੇ ਲਿਆਉਂਦੇ ਚਾਰ ਪੰਜ। ਇੱਕ ਜਿਹੜੀ ਗਾਂ ਆਪਾਂ ਇੱਥੇ ਦਿਖਾਈ ਸੀ ਤੁਹਾਨੂੰ ਹੈ ਨਾ ਉਹ ਗਾਂ ਤਾਂ ਆਪਣੀ ਪੂਰੀ ਹੋ ਗਈ। ਨਾ ਬਾਈ ਮਾਰਨਾ ਮਾਰ ਮਤ ਰੇ ਛੋਟੂ ਹਿੰਦੀ ਵਾਲੇ ਤਾਂ ਆਪਾਂ ਵੱਟ ਕੱਢ ਦਿੰਦੇ ਹਾਂ। ਜਿਹੜੀ ਇੱਥੇ ਆਪਣੀ ਗਾਂ ਹੁੰਦੀ ਸੀ ਉਹ ਆਪਣੀ ਗਾਂ ਜੀ ਪੂਰੀ ਹੋ ਗਈ ਸੀ ਉਹਦੇ ਔਲਾ ਪੈ ਗਿਆ ਸੀਗਾ ਬੱਚੇ ਨੂੰ ਅੰਦਰ ਅਤੇ ਉਹ ਵਿਚਾਰੀ ਬਚ ਨਹੀਂ ਸਕੀ ਹੈ ਨਾ ਜੀ। ਦੋ ਡਾਕਟਰ ਸੱਦੇ ਅਤੇ ਪੂਰੇ ਅਤੇ ਉਹਨਾਂ ਨੇ ਫਿਰ ਸਵਾਈ ਅਤੇ ਅੰਦਰ ਆਂਤੜੀ ਆਂਤੜੀਆਂ ਨਾਲ ਹੀ ਬਾਹਰ ਆ ਗਈਆਂ ਸੀਗੀਆਂ ਬੱਚੀ ਦੇ। ਬੱਚੀ ਅੰਦਰ ਹੀ ਮਰ ਗਈ ਸੀਗੀ ਬਹੁਤ ਨਰੋਈ ਸੀ ਬੱਚੀ ਤਾਂ ਅਤੇ ਗਾਂ ਆਪਣੀ ਉਹ ਹੋ ਗਈ ਪੂਰੀ ਅਤੇ ਦੋ ਮੱਝਾਂ ਲਿਆਉਂਦੇ ਇੱਕ ਆਹ ਲਿਆਉਂਦੀ ਆ ਇਹਦੇ ਮਗਰ ਕੱਟਾ ਬਹੁਤ ਚੰਗਾ ਇਹ ਕੱਟਾ ਕੇ ਤਿਆਰ ਕਰਾਂਗੇ ਦੁੱਧ ਦੁੱਧ ਹੁਣ ਇਹਨੂੰ ਫੁੱਲ ਛੱਡੀਦਾ ਆਪਾਂ ਅਤੇ ਹਲੇ ਦਸਾਂ ਪੰਦਰਾਂ ਦਿਨਾਂ ਦਾ ਅਤੇ ਕੱਟਾ ਬਹੁਤ ਵਧੀਆ ਉਹ ਹੋ ਰਿਹਾ ਗਰੋਥ ਹੋ ਰਹੀ ਆ ਅਤੇ ਛੇ ਸੱਤ ਹੋ ਗਈਆਂ ਮੱਝਾਂ। ਹਾਂ ਬਈ ਛੋਟੂ ਅਤੇ ਆਹ ਗਾਂ ਲਿਆਉਂਦੀ ਇੱਕ ਅਤੇ ਇੱਕ ਆਹ ਗਾਂ ਲਿਆਉਂਦੀ ਪੂਰੀ ਚੰਗੀ ਆ ਗਾਂ ਕੱਦ ਵਾਲੀ ਪਾਣੀ ਪਿਲਾਈ ਜਾਂਦਾ ਹੁਣ ਅਤੇ ਪੰਜ ਛੇ ਹੋ ਗਈਆਂ ਗਾਂਆਂ ਅਤੇ ਮੱਝਾਂ ਵੀ ਆ ਹੁਣ ਹੋਰ ਵੀ ਲੈ ਕੇ ਆਵਾਂਗੇ ਦੇਖੀ ਜਾਂਦੇ ਜਿੰਨੀਆਂ ਮਿਲ ਜਿੰਨੀਆਂ ਮਿਲ ਜਾਂਦੀਆਂ ਗੇਰਾਂ ਤਾਂ ਉਹਨਾਂ ਨੂੰ ਲਈ ਆਉਂਦੇ ਹਾਂ ਅਤੇ ਆਹ ਸਾਰੀਆਂ ਇੱਟਾਂ ਜਿਹੜੀਆਂ ਥੱਲੇ ਆ ਚੜੀਆਂ ਹੋਈਆਂ ਇਹ ਆਪਾਂ ਸਾਈਡਾਂ 'ਤੇ ਕੰਧ ਕੱਢ ਦੇਣੀਆਂ ਨਾ ਇੱਥੋਂ ਤੱਕ ਇਹਦੀ ਸਿਹਤ ਨੂੰ ਇੱਧਰ ਇੱਥੋਂ ਤੱਕ ਇੱਥੇ ਬਣ ਜੂ ਖੁਰਨੀ ਇੱਥੇ ਹਾਂ ਇੱਥੇ ਕਿਤੇ ਸਾਈਡ 'ਤੇ ਜਾਂ ਇੱਥੇ ਖੁਰਨੀ ਬਣ ਜੂਗੀ ਇੱਥੇ ਗੇਟ ਲਾ ਦਾਂਗੇ ਆਪਾਂ ਇਹ ਘੋੜੀ ਦਾ ਕਮਰਾ ਬਣਾਉਣਾ ਇੱਥੇ ਅਤੇ ਆਹ ਛੱਤ ਆਪਾਂ ਕਾਨਾਂ ਦੀ ਛੱਤ ਪਾ ਦਾਂਗੇ ਸਾਰੀ ਅਤੇ ਜਿਹੜੀ ਆਹ ਇਹ ਆਪਾਂ ਛੋਟੇ ਬੱਚਿਆਂ ਦਾ ਕਰ ਦਾਂਗੇ ਬੱਚਿਆਂ ਦਾ ਇੱਥੇ ਇੱਕ ਟੰਬਾ ਇੱਥੇ ਲਾ ਕੇ ਅਤੇ ਇੱਕ ਇੱਥੇ ਥੱਲੇ ਹੋਰ ਲਾ ਕੇ ਇਹ ਆਪਾਂ ਬੱਚਿਆਂ ਦਾ ਕਰ ਦਾਂਗੇ ਘੋੜੀ ਦਾ ਆਪਣਾ ਉੱਧਰ ਕਰ ਦਾਂਗੇ ਕਮਰਾ ਵੀ ਜੇ ਕੱਲ੍ਹ ਨੂੰ ਆਪਾਂ ਉਹ ਵੀ ਕਹਾ ਘੋੜੀ ਜੇ ਆਪਾਂ ਬੱਚੇ ਸਾਈਡ 'ਤੇ ਬੰਨ ਘੋੜੀ ਹੋਰ ਵੀ ਲਿਆਉਣੀ ਆ ਨਾ ਅਤੇ ਘੋੜੀ ਇਹ 'ਚ ਵੀ ਬੰਨੀ ਜਾ ਸਕਦੀ ਆ ਇੱਥੇ ਵੀ ਛੱਡ ਛੱਡੀ ਜਾ ਸਕਦੀ ਆ ਅਤੇ ਅੱਜ ਕਿੱਲੇ ਕੁੱਲੇ ਵੀ ਕੱਢਦੇ ਹਾਂ ਬਾਹਰ ਨਾਲ ਨਾਲ ਇੱਧਰ ਇਹਦੇ ਨਾਲ ਨਾਲ ਵੀ ਇੱਧਰ ਨਾਲ ਨਾਲ ਵੀ ਸਰ ਫਿਰ ਹੁਣ ਕਿਉਂਕਿ ਗਾਂ ਸਿਆਲ ਆਉਂਦਾ ਅਤੇ ਵੱਢਾਂ ਬੰਨਿਆ ਕਰਾਂਗੇ ਬਾਹਰ ਅਤੇ ਝੋਨਾ ਵੀ ਵੱਢਦੇ ਹਾਂ ਅੱਜ ਥੋੜ੍ਹਾ ਬਹੁਤਾ ਅਤੇ ਆ ਬੱਚੇ ਬੱਚੇ ਫਿਰ ਵਾਹਵਾ ਹੋ ਗਏ ਨਾ ਮਗਰ ਇੱਧਰ ਨਾ ਫਿਰ ਜਿਹੜਾ ਗੋਹਾ ਗੋਹਾ ਚੱਕਣਾ ਜਦੋਂ ਰੇਹੜੀ ਇੱਧਰ ਸਾਈਡ 'ਤੇ ਖੜ੍ਹਦੀ ਨਹੀਂ ਫਿਰ ਬੱਚੇ ਦਾ ਹੁੰਦੇ ਕਰਕੇ ਅਤੇ ਆਹ ਕੱਟਾ ਆਪਣਾ ਸੁਲਤਾਨ ਗਾਂ ਫਿਰਦੇ ਹੋ ਨਾ ਅਤੇ ਉਹ ਗਾਂ ਵਿਚਾਰੀ ਉਹ ਬਚ ਨਹੀਂ ਸਕੀ ਜੀ ਫਿਰ ਚਲੋ ਨਹੀਂ ਲਿਖਿਆ ਸੀ ਨਾ ਜਿੰਨੀ ਲਿਖੀ ਸੀ ਆਪਣੇ ਸੇਵਾ ਕਰਵਾ ਗਈ ਚਲੋ ਜੀ ਫਿਰ ਇਸ ਵਲੋਗ ਦਾ ਆਪਾਂ ਇੱਥੇ ਐਂਡ ਕਰ ਦਿੰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਤੱਕ ਵਲੋਗ ਦੇਖਣ ਲਈ ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਚੈਨਲ ਨੂੰ ਕਰ ਦਿਉ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਉ ਲਾਈਕ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ।